ਅਕਾਲੀ ਆਗੂ ਵਿਰਸਾ ਸਿੰਘ ਵਲਟੂਹਾ ਵੱਲੋਂ ਪੁਲਿਸ ਅਫਸਰਾਂ ਨੂੰ ਧਮਕੀ ਦਿੰਦਿਆਂ ਇੱਕ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਇਸ ਵੀਡੀਓ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਵਲਟੂਹਾ ਪੁਲਿਸ ਅਫਸਰਾਂ ਨੂੰ ਸੱਤਾ ਵਿੱਚ ਆਉਣ 'ਤੇ ਵੇਖ ਲੈਣ ਦੀ ਗੱਲ ਕਹਿ ਰਹੇ ਨੇ, ਜਿਸ 'ਤੇ ਕਾਂਗਰਸ ਨੇ ਸਵਾਲ ਚੁੱਕੇ ਨੇ। ਪਰ ਵਲਟੂਹਾ ਮੁਤਾਬਕ ਇਹ ਕੋਈ ਧਮਕੀ ਨਹੀਂ ਬਲਕਿ ਪੁਲਿਸ ਨੂੰ ਸੁਚੇਤ ਕੀਤਾ ਗਿਆ ਹੈ। ਮੈਨੂੰ ਪਤਾ ਕਿਉਂਕਿ ਤੁਸੀਂ ਕਰਦੇ ਰਹੇ ਜਿੱਥੇ ਜਿੱਥੇ ਤੁਹਾਡੀ ਕਲਮ ਪੁੱਠੀ ਚੱਲਦੀ ਰਹੀ ਹੈ, ਤਿੰਨਾਂ ਮਹੀਨਿਆਂ 'ਚ ਮੇਰੇ ਕੋਲ ਇਕੱਲਾ ਇਕੱਲਾ ਕੇਸ ਲਿਖਿਆ ਅਤੇ ਬਖਸ਼ਾਂਗੇ। ਪੁਲਿਸ ਅਫਸਰਾਂ ਨੂੰ ਸ਼ਰੇਆਮ ਧਮਕਾਉਣ ਵਾਲੀ ਇਸ ਵੀਡੀਓ ਦੇ ਚਰਚੇ ਹਰ ਜ਼ੁਬਾਨ 'ਤੇ ਨੇ ਅਤੇ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਹੇ ਇਹ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੂਹਾ। ਸਾਬਕਾ ਵਿਧਾਇਕ ਵਲਟੂਹਾ ਇਸ ਤਕਰੀਰ 'ਚ ਪੰਜਾਬ ਪੁਲਿਸ ਦੇ ਨਾਲ ਡੀਸੀ ਨੂੰ ਸੁਧਰ ਜਾਣ ਦੀ ਨਸੀਹਤ ਦੇ ਰਹੇ ਨੇ ਅਤੇ ਇਸ ਨਸੀਹਤ ਦੇ ਬੋਲ ਜ਼ਰਾ ਇੱਕ ਵਾਰ ਫਿਰ ਸੁਣ ਲਵੋ। ਪੁਲਿਸ ਅਫਸਰਾਂ ਨੂੰ ਦਿੱਤੀ ਇਸ ਸ਼ਰੇਆਮ ਧਮਕੀ ਤੇ ਸਿਆਸੀ ਧਿਰਾਂ ਨੇ ਸਵਾਲ ਚੁੱਕੇ ਨੇ। ਉਹਨਾਂ ਦੀ ਦਲੀਲ ਹੈ ਕਿ ਵਲਟੂਹਾ ਤੋਂ ਚੰਗੀ ਬੋਲ ਬਾਣੀ ਦੀ ਉਮੀਦ ਤਾਂ ਉਹਨਾਂ ਨੂੰ ਨਹੀਂ ਸੀ, ਪਰ ਸਿਆਸੀ ਤਕਾਜੇ ਤੋਂ ਉਹ ਇਸ ਨੂੰ ਗੱਲ ਦੱਸ ਰਹੇ ਨੇ। ਪਰ ਵਲਟੂਹਾ ਦੀ ਦਲੀਲ ਹੈ ਕਿ ਇਹ ਧਮਕੀ ਨਹੀਂ ਬਲਕਿ ਉਹ ਪੁਲਿਸ ਅਫਸਰਾਂ ਨੂੰ ਸੁਚੇਤ ਕਰ ਰਹੇ ਨੇ। ਇਹੋ ਜਿਹੇ ਸੂਝਵਾਨ ਲੀਡਰ ਨੂੰ ਇਹੋ ਜਿਹੀ ਭਾਸ਼ਾ ਨਹੀਂ ਬੋਲਣੀ ਚਾਹੀਦੀ। ਮੈਂ ਸਮਝਦਾ ਵੀ ਇਹਦੀ ਕੋਈ ਆਦਤ ਬਣ ਗਈ ਇਹੋ ਜਿਹੀ ਭਾਸ਼ਾ ਬੋਲਣ ਦੀ। ਪਿੱਛੇ ਵਿਧਾਨ ਸਭਾ ਦੇ ਵਿੱਚ ਇਹੋ ਜਿਹੇ ਸ਼ਬਦ ਬੋਲੇ ਸਨ ਜਿਹੜੇ ਕਿ ਸਾਰੇ ਪੰਜਾਬੀਆਂ ਨੇ ਨਿੰਦਾ ਕੀਤੀ ਸੀ, ਔਰ ਅੱਜ ਵੀ ਇਹ ਇਹੋ ਜਿਹੀ ਭਾਸ਼ਾ ਬੋਲਦੇ ਪਏ ਨੇ। ਇਹ ਸਿਰਫ ਆਪਣਾ ਡਰਾ ਧਮਕਾ ਕੇ ਜਨਤਾ ਨੂੰ ਆਪਣੇ ਪਿੱਛੇ ਲਾਉਣਾ ਚਾਹੁੰਦੇ ਨੇ। ਜਨਤਾ ਚੰਗੀ ਤਰ੍ਹਾਂ ਸਮਝ ਗਈ ਹੈ ਵੀ ਇਹ ਅਕਾਲੀ ਸਰਕਾਰ ਨਹੀਂ ਹੁਣ ਆਉਣ ਵਾਲੀ। ਬੰਦਾ ਕਿਸੇ ਨੂੰ ਧਮਕੀ ਨਹੀਂ ਦਿੱਤੀ ਗਈ, ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਸੁਚੇਤ ਕੀਤਾ ਗਿਆ ਕਿ ਪਿਛਲੇ 3 ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਤੁਸੀਂ ਲਗਾਤਾਰ ਅਕਾਲੀ ਵਰਕਰਾਂ ਦੇ ਨਾਲ, ਅਕਾਲੀ ਪੰਚਾਇਤਾਂ ਦੇ ਨਾਲ, ਸੁਸਾਇਟੀਆਂ ਦੇ ਨਾਲ, ਹੋਰ ਵੀ ਕਈ ਥਾਈਂ ਧੱਕੇਸ਼ਾਹੀ ਕਰ ਰਹੇ ਜੇ, ਇੱਕ ਪਾਸੜ ਚੱਲ ਰਹੇ ਜੇ, ਅਤੇ ਤੁਹਾਨੂੰ ਅਸੀਂ ਸੁਚੇਤ ਕਰਦੇ ਹਾਂ ਕਿ ਹੁਣ ਅਜਿਹੀਆਂ ਗਲਤੀਆਂ ਨਾ ਕਰੋ ਅਤੇ ਇਸ ਭੁਲੇਖੇ 'ਚ ਬਣਾ ਰਹੋ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਦਾ ਵਾਸਤੇ ਹੀ ਆ ਗਈ ਹੈ। ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਫਿਰ ਇਹ ਕਿਉਂਕਿ ਜਿਹੜੀਆਂ ਤੁਸੀਂ ਜਾਤੀਆਂ ਕਰੋਗੇ ਇਹਨਾਂ ਦਾ ਜਿਹੜਾ ਤੁਹਾਨੂੰ ਹੈ ਸਭ ਤੋਂ ਦੇਣਾ ਪਊ। ਬੇਸ਼ੱਕ ਵਲਟੂਹਾ ਸਾਹਿਬ ਦੀ ਨਜ਼ਰ 'ਚ ਧਮਕੀ ਨਹੀਂ, ਪਰ ਪੁਲਿਸ ਅਫਸਰਾਂ ਨੂੰ ਸੁਚੇਤ ਕਰਨ ਦੇ ਇਸ ਤਰੀਕੇ 'ਤੇ ਸਵਾਲ ਉੱਠਣੇ ਲਾਜ਼ਮੀ ਨੇ। ਪੁਲਿਸ ਪ੍ਰਸ਼ਾਸਨ ਦੇ ਚੜ੍ਹੇ ਸਿਆਸੀ ਰੰਗ ਦੇ ਚਰਚੇ ਪਹਿਲਾਂ ਵੀ ਹੁੰਦੇ ਰਹੇ ਨੇ, ਇਹ ਤਸਵੀਰਾਂ ਜ਼ਰੀਏ ਬਿਆਨ ਵੀ ਹੋ ਰਿਹਾ। ਤਰਨ ਤਾਰਨ ਤੋਂ ਮਨੀਸ਼ ਸ਼ਰਮਾ ਦੇ ਨਾਲ ਅਜੇ ਮਹਾਜ, ਜ਼ੀ ਮੀਡੀਆ, ਅੰਮ੍ਰਿਤਸਰ।